ਮੋਗਾ ਦੇ ਅਕਾਲਸਰ ਚੌਂਕ ਤੇ ਪ੍ਰੀਤ ਮੋਟਰ ਵਰਕਸ਼ਾਪ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਚੋਰਾਂ ਦੀ ਸਾਰੀ ਵਾਰਦਾਤ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪਹਿਲਾਂ ਚੋਰਾਂ ਨੇ ਦਫ਼ਤਰ ਦੇ ਨਿਚਲੇ ਹਿੱਸੇ ਵਿੱਚ ਲੱਗੀ ਪੀਵੀਸੀ ਨੂੰ ਤੋੜਿਆ ਅਤੇ ਫਿਰ ਉਹ ਉਸ ਰਸਤੇ ਹੀ ਦਫ਼ਤਰ ਅੰਦਰ ਵੜ ਗਏ ਜਿੱਥੇ ਉਹਨਾਂ ਵੱਲੋਂ ਦਰਾਜ ਵਿੱਚ ਪਏ 10,000 ਰੁਪਏ ਨਕਦ ਅਤੇ 2 ਮੋਬਾਈਲ ਫੋਨ ਚੋਰੀ ਕਰ ਲਏ। ਚੋਰ ਇੰਨੇ ਸ਼ਾਤਰ ਸਨ ਕਿ ਉਹਨਾਂ ਨੇ ਸੀਸੀਟੀਵੀ ਕੈਮਰੇ ਦਾ ਵੀ ਮੂੰਹ ਘੁਮਾ ਦਿੱਤਾ ਤਾਂ ਜੋ ਉਹ ਕੈਮਰੇ ਵਿੱਚ ਕੈਦ ਨਾ ਹੋ ਸਕਣ। ਪਰ ਸੀਸੀਟੀਵੀ ਕੈਮਰੇ ਵਿੱਚ ਦਫ਼ਤਰ ਅੰਦਰ ਵੜਨਾ ਅਤੇ ਕੈਮਰੇ ਨਾਲ ਛੇੜਛਾੜ ਕਰਨਾ ਸਭ ਕੈਦ ਹੋ ਗਿਆ। ਚੋਰਾਂ ਵੱਲੋਂ ਆਪਣਾ ਮੂੰਹ ਪਹਿਲਾਂ ਹੀ ਢੱਕਿਆ ਹੋਇਆ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਮੇਰੇ ਮੁਲਾਜ਼ਮਾਂ ਨੇ ਸਵੇਰੇ ਦੁਕਾਨ ਖੋਲ੍ਹੀ ਤਾਂ ਉਹਨਾਂ ਮੈਨੂੰ ਕਿਹਾ ਕਿ ਸਰਦਾਰ ਜੀ ਤੁਸੀਂ ਜਾਂਦੇ ਸਮੇਂ ਬਿਜਲੀ ਦੀਆਂ ਤਾਰਾਂ ਕੱਟ ਗਏ ਸੀ, ਤਾਂ ਉਸਨੇ ਕਿਹਾ ਨਹੀਂ, ਤਾਂ ਉਹ ਤੁਰੰਤ ਵਰਕਸ਼ਾਪ ਪਹੁੰਚ ਗਿਆ ਅਤੇ ਦੇਖਿਆ ਕਿ ਕੈਮਰੇ ਨਾਲ ਛੇੜਛਾੜ ਹੋਈ ਵੀ ਸੀ ਅਤੇ ਬਿਜਲੀ ਵਾਲੀਆਂ ਤਾਰਾਂ ਵੀ ਵੱਢੀਆਂ ਹੋਈਆਂ ਸਨ। ਇਹ ਸਾਰੀ ਘਟਨਾ ਰਾਤ 12:30 ਵਜੇ ਦੀ ਦੱਸੀ ਜਾ ਰਹੀ ਹੈ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ। ਹਾਂਜੀ ਪ੍ਰੀਤ ਜੀ, ਦਿਓ ਜਾਣਕਾਰੀ, ਇੱਕ ਚੋਰੀ ਹੋਈ ਤੁਹਾਡੇ, ਕਿੰਨਾ ਕੁ ਨੁਕਸਾਨ ਹੈਗਾ ਵਾ, ਪਤਾ ਲੱਗਿਆ ਹੁਣ? ਤੇ ਸਰ ਜਦੋਂ ਅਸੀਂ ਕੱਲ੍ਹ ਮੋਬਾਈਲ ਕੈਂਪ 'ਤੇ ਆਏ ਨਾ, ਅਤੇ ਮੈਨੂੰ ਮੁੰਡੇ ਦਾ ਵਰਕਸ਼ਾਪ, ਪਹਿਲਾਂ ਮੁੰਡੇ ਕੋਲ ਵੀ ਉਹਨੇ ਮੈਨੂੰ ਆ ਕੇ ਫੋਨ ਕੀਤਾ ਵੀ ਬਾਈ ਜੀ ਤੁਸੀਂ ਕੋਈ ਕੱਲ੍ਹ ਤਾਰਾਂ ਕੱਟ ਕੇ ਗਏ ਆ। ਜਦੋਂ ਉਹਨੇ ਇੰਨੀ ਗੱਲ ਕਹੀ ਅਤੇ ਮੈਂ ਫਾਟਕਾ ਕੋਲ ਸੀ, ਅਤੇ ਇਮੀਡੀਏਟਲੀ ਮੈਂ ਦੁਕਾਨ 'ਤੇ ਪਹੁੰਚਿਆ ਅਤੇ ਦੇਖਿਆ ਤਾਰ ਕੱਟੀ ਹੋਈ ਹੈ। ਜਦੋਂ ਮੈਂ ਸੀਸੀਟੀਵੀ ਕੈਮਰੇ ਵੱਲ ਨਿਗਾਹ ਮਾਰੀ ਕਿਉਂਕਿ ਤਾਰਾਂ ਤੋੜੀਆਂ ਹੋਈਆਂ ਸੀਗੀਆਂ, ਦਰਾਜ ਖੋਲ੍ਹਿਆ, ਦਰਾਜ 'ਚ ਸਾਡੀ 500 ਰੁਪਏ ਟੁੱਟਿਆ ਰੱਖ ਕੇ ਜਾਂਦੇ ਨੇ ਜੀ, ਮੋਬਾਈਲ ਕੈਮ 'ਤੇ ਲੋੜ ਪੈਂਦੀ ਹੈ, ਉਹ ਵੀ ਹੈ ਨਹੀਂ ਸੀ। ਜਿੰਨਾ ਦਿਨ ਕਸਟਮਰ ਨਾਲ ਸਪੀਕ ਕਰਦੇ ਹਾਂ, ਮੈਸੇਜ ਦਿੰਦੇ ਹਾਂ, ਸਾਡੇ LG ਦਾ ਅਤੇ ਸੈਮਸੰਗ ਦਾ ਮੋਬਾਈਲ ਉਹ ਵੀ ਗੈਬ ਹੋਇਆ ਸੀ। ਉਸ ਤੋਂ ਬਾਅਦ ਜਦੋਂ ਮੈਂ ਸਟੋਰ ਵਾਲੇ ਪਾਸੇ ਦੇਖਿਆ, ਸਟੋਰ ਦਾ ਬੂਹਾ ਖੁੱਲ੍ਹਾ ਹੋਇਆ ਸੀਗਾ, ਮੈਂ ਉੱਪਰ ਆਇਆ, ਉੱਪਰ ਜਾ ਕੇ ਦੇਖਿਆ ਵੀ ਦਰਵਾਜ਼ਾ ਤੋੜਿਆ ਹੋਇਆ, ਅਤੇ ਮੁੜ ਕੇ ਚਾਬੀ ਲੈ ਕੇ ਮੈਂ ਟੀਵੀ ਦੇ ਵਿੱਚ ਜਦੋਂ ਦੇਖਿਆ ਕੈਮਰਿਆਂ ਦੇ ਵਿੱਚ ਚੋਰ 3:30 ਦਾ ਐਂਟਰ ਹੋਇਆ, ਅਤੇ ਲਗਭਗ ਅੱਧਾ ਪੌਣਾ ਘੰਟੇ ਦੇ ਵਿੱਚ ਉਹਨੇ ਆਪਣੀ ਕਾਰ ਵਿੱਚ ਚੱਕ ਕੇ 10,000 ਰੁਪਈਆ ਮੇਰਾ ਉੱਪਰ ਕਾਊਂਟਰ 'ਤੇ ਪਿਆ ਸੀਗਾ, ਉਹ ਲੈ ਕੇ ਕੋਈ ਚੱਕਰ ਹੋ ਗਿਆ। ਕਿੰਨੇ ਜਾਣੇ ਸੀ, ਕੋਈ ਕਿੰਨੇ ਪਏ ਸੀਸੀਟੀਵੀ ਕੈਮਰੇ 'ਚ? ਸੀਸੀਟੀਵੀ ਕੈਮਰੇ ਦੇ ਵਿੱਚ 1 ਆਦਮੀ ਨਜ਼ਰ ਆਇਆ, ਅਤੇ ਅਮਲੀ ਲੱਗਦਾ ਹੈਗਾ ਵੀ ਜਿਵੇਂ ਨਸ਼ੇ ਦੀ ਤੋੜ ਦੇ ਵਿੱਚ ਪੈਸਿਆਂ ਦੀ ਲੋੜ ਹੋਵੇ, ਅਤੇ ਉਹਨੇ ਹੋਰ ਕਿਸੇ ਚੀਜ਼ ਨੂੰ ਨਹੀਂ ਛੇੜਿਆ, ਉਹਨੇ ਜਿਹੜੀਆਂ ਵੇਚਣ ਵਾਲੀ ਚੀਜ਼ ਮੋਬਾਈਲ ਉਹ ਚੱਕੀ ਹੈ, ਅਤੇ ਜਿਹੜਾ ਸਾਡਾ ਕੈਸ਼ ਪਿਆ ਸੀ ਉਹ ਚੱਕਿਆ, ਬਾਕੀ ਸਪੇਅਰ ਪਾਰਟ ਦੇ ਚੀਜ਼ ਨੂੰ ਕਿਸੇ ਨੂੰ ਮਤਲਬ। ਕੋਈ ਤੁਹਾਡੇ ਵਰਕਸ਼ਾਪ ਦੇ ਕੋਈ ਰਸਤਾ ਖੁੱਲ੍ਹਾ ਵੀ ਹੈਗਾ ਓਪਨ, ਜਿੱਥੋਂ ਆ ਸਕਦੇ? ਸਰ ਸਾਡੀ ਬੈਕ ਸਾਈਡ 'ਤੇ ਜਗ੍ਹਾ ਓਪਨ ਹੀ ਹੈ, ਉੱਥੋਂ ਦੀ ਉਹਨੇ ਐਂਟਰ ਕੀਤਾ ਹੈਗਾ, ਮੂਹਰੇ ਤਾਂ ਨਾਕਾ ਲੱਗਾ ਹੀ ਹੁੰਦਾ, ਪਰ ਫਰੰਟ ਤੋਂ ਲੀਏ ਆਇਆ, ਬੈਕ ਸਾਈਡ ਤੋਂ ਉਹਨੇ ਐਂਟਰ ਕੀਤਾ ਹੈ। ਕਦੇ ਪਹਿਲਾਂ ਵੀ ਇਹੋ ਜਿਹੀ ਕੋਈ ਘਟਨਾ ਵਾਪਰੀ? ਸਰ 2 ਵਾਰੀ ਮੇਰੇ ਪਹਿਲਾਂ ਵੀ ਇੱਦਾਂ ਦੀ ਵਾਰਦਾਤ ਹੋ ਚੁੱਕੀ ਹੈ। ਉਦੋਂ ਮੇਰਾ 1.25 ਲੱਖ ਰੁਪਏ ਦਾ ਸਕੈਨਰ ਸੀਗਾ, ਅਤੇ ਕੁਛ ਕੁ ਪੈਸੇ ਕਾਊਂਟਰ 'ਤੇ ਪਏ ਸੀ, ਉਹ ਲੈ ਗਿਆ ਸੀ। ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਇਸ ਮਾਮਲੇ 'ਚ? ਪੁਲਿਸ ਵਾਲੇ ਆ ਕੇ ਜਾਂਚ ਕਰਦੇ ਆ ਜੀ, ਇਸ ਉਹਨਾਂ ਨੇ ਭਰੋਸਾ ਦਿੱਤਾ ਵੀ ਅਸੀਂ ਕਾਬਲ ਕਰਕੇ ਚੋਣ ਪੜਾਂਗੇ। ਜੰਗਲ।